ਖਬਰ ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਥਾਣੇ ਤੋਂ ਜਿੱਥੇ ਅੱਜ ਲਗਭਗ 1 ਮਹੀਨੇ ਪਹਿਲੇ ਹੋਏ ਬਲਾਤਕਾਰ ਮਾਮਲੇ 'ਚ ਪੀੜਿਤ ਪਰਿਵਾਰ ਨੇ ਧਰਨਾ ਲਗਾ ਕੇ ਪੁਲਿਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭਾਜਪਾ ਦੇ ਆਗੂ ਤੇ ਸਮਾਜ ਸੇਵੀ ਵੀ ਧਰਨੇ ਦੌਰਾਨ ਪੀੜਿਤ ਪਰਿਵਾਰ ਦੀ ਮਦਦ ਲਈ ਪਹੁੰਚੇ। ਥਾਣੇ ਅੱਗੇ ਧਰਨਾ ਲੱਗਦਾ ਦੇਖ ਪੁਲਿਸ ਦੇ ਹੱਥਾਂ ਪੈਰਾਂ ਨੂੰ ਪੈ ਗਈ ਅਤੇ ਜਿਸ ਤੋਂ ਬਾਅਦ SHO ਨੇ ਮੌਕੇ ਤੇ ਪੁੱਜ ਕੇ ਪੀੜਿਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਇੱਕ ਦਿਨ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲੈਣਗੇ। 15 ਫਰਵਰੀ 2019 ਕੋ ਇਸ ਥਾਣੇ ਮੇ ਇੱਕ ਪਰਚਾ ਦਰਜ ਹੁਆ ਬਲਾਤਕਾਰ ਕਾ, ਜਿਸਮੇ ਡਾਕਟਰੀ ਮੁਲਾਜ਼ਾ ਸੇ ਲੇਕਰ 376-506 ਦਫਾ ਲਗੀ ਹੈ। ਉਸਕੇ ਬਾਅਦ ਦੋਸ਼ੀਓਂ ਕੋ ਪਕੜ ਵੀ ਲਿਆ ਪੁਲਿਸ ਨੇ, ਉਸਕੇ ਬੇਟੇ ਕੋ ਔਰ ਉਸ ਬਾਪ ਕੋ। ਇੱਕ ਚੁਟਪੁਟੀਆ ਨੇਤਾ ਅਰੁਣ ਸ਼ਰਮਾ ਕੇ ਨਾਮ ਸੇ ਜੋ ਕਾਂਗਰਸੀ ਲੀਡਰ ਆਪਣੇ ਆਪ ਕੋ ਕਹਿਤਾ ਹੈ, ਉਸਨੇ MLA ਮੌਜੂਦਾ ਜੋ ਉਨਕੇ ਡਾਬਰ ਸਾਹਿਬ ਹੈ ਉਨਕਾ ਫੋਨ ਕਰਵਾ ਕੇ ਉਸਕੋ ਛੁਡਵਾ ਲਿਆ। ਔਰ ਉਸਕੇ ਬਾਅਦ ਪੁਲਿਸ ਨੇ ਨਾ ਤਾਂ ਉਨਕੋ ਪਕੜਾ ਨਾ ਉਨਕੋ ਕੁਛ ਕਹਾ, ਉਲਟਾ ਇਨਕੋ ਧਮਕੀਆਂ ਦੇ ਰਿਹਾ, ਅਗਰ ਆਪ ਜ਼ਰਾ ਥਾਣੇ ਮੇ ਜਾਓਗੇ ਦਬਾਵ ਕਰੋਗੇ ਤੋ ਯੇ ਕੁਛ ਕਰ ਲੇਂਗੇ ਤੁਮੇ ਅੰਦਰ ਕਰ ਦੇਂਗੇ। ਤੋ ਜੇ ਕਾਂਗਰਸੀ ਨੇਤਾ ਇਨਕੋ ਧਮਕੀਆਂ ਦੇ ਕਰ ਬਲਾਤਕਾਰ ਕੋ ਦਬਾਨਾ ਚਾਹਤੇ ਹੈ ਔਰ ਪੁਲਿਸ ਖੁੱਲੀ ਸਪੋਰਟ ਕਰ ਰਹੀ ਉਨਕੀ, ਜਿਨ੍ਹੋਂਨੇ ਬਲਾਤਕਾਰੀ ਔਰ ਉਸਕੇ ਬਾਪ ਕੋ ਛੋੜ ਦਿਆ ਜੋ ਕਿ ਬਾਏ ਨੇਮ FIR ਮੇ ਦਰਜ ਹੈ। ਲੜਕੀ ਕੀ ਉਮਰ ਜਬ ਬਲਾਤਕਾਰ ਹੁਆ ਤੋ ਮੇਰੇ ਖਿਆਲ 17 ਸੇ ਥੋੜ੍ਹਾ ਕਮ ਥੀ, ਜਬ FIR ਹੋਈ ਹੈ ਇਨ ਦੌਰਾਨ ਉਹ 18 ਸੇ 2-4 ਦਿਨ ਉੱਪਰ ਹੋ ਚੁੱਕੀ ਹੈ। ਆਰਏਜ ਦੀ ਲੜਕੀ ਦੇ ਨਾਲ 1 ਮਹੀਨਾ ਹੋ ਗਿਆ ਬਲਾਤਕਾਰ ਹੋਏ ਨੂੰ ਔਰ ਉਸ ਲੜਕੇ 'ਤੇ ਪਰਚਾ ਦਰਜ ਹੋਇਆ, ਉਹਦੇ ਜੇ ਪਰਿਵਾਰ ਦੇ ਬੰਦਿਆਂ ਨੂੰ ਫੜ ਕੇ ਲਿਆਂਦਾ ਔਰ ਇੱਕ ਸਾਡੇ ਕਾਂਗਰਸ ਦਾ ਕੋਈ ਦੱਸ ਰਹੇ ਨੇ ਲੀਡਰ ਜਿਹੜਾ ਉਹਨਾਂ ਨੂੰ ਆਪਣੇ ਜੁੰਮਰ 'ਤੇ ਛਡਵਾ ਕੇ ਲੈ ਗਿਆ ਔਰ ਇਸ ਗੱਲ ਨੂੰ 20 ਦਿਨ ਹੋ ਗਏ ਨੇ। ਉਸ ਤੋਂ ਬਾਅਦ ਇਹ ਜਿਹੜਾ ਪਰਿਵਾਰ ਸਾਰਾ ਧੱਕੇ ਖਾ ਰਿਹਾ, ਕਮਿਸ਼ਨਰ ਸਾਹਿਬ ਦੇ SP ਸਾਹਿਬ ਦੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅੱਜ ਅਸੀਂ ਇਹਨਾਂ ਦੇ ਇਨਸਾਫ ਦਿਵਾਉਣ ਦੇ ਵਾਸਤੇ ਇੱਥੇ ਬੈਠੇ ਹਾਂ ਔਰ ਅਸੀਂ ਕਮਿਸ਼ਨਰ ਸਾਹਿਬ ਅੱਗੇ ਮੰਗ ਕਰਨੇ ਹਾਂ ਜਿਹੜੇ ਅਫਸਰਾਂ ਨੇ ਆਪਣੀ ਜ਼ਿੰਮੇਵਾਰੀ 'ਤੇ ਇਹਨਾਂ ਨੂੰ ਛੱਡਿਆ ਹੈ, ਇੱਕ ਬਲਾਤਕਾਰੀਆਂ ਨੂੰ ਛੱਡਿਆ ਹੈ। ਥਾਣਿਆਂ ਡਿਵੀਜ਼ਨ ਨੰਬਰ 3 ਦੇ ਵਿੱਚ ਇੱਕ 15-2-19 ਨੂੰ ਮੁਕੱਦਮਾ ਦਰਜ ਹੋਇਆ ਸੀਗਾ। ਇਹਦੀ ਮੁਦਈਆ ਐਸ਼ ਸਿੰਘ ਅਤੇ ਇਹਦਾ ਦੋਸ਼ੀ ਸੀ ਰਾਹੁਲ, ਜਿਹੜਾ 376 ਦਾ ਮੁਕੱਦਮਾ ਦਰਜ ਹੋਇਆ ਸੀਗਾ, ਜਿਹਨੇ ਉਹਨੂੰ ਨਸ਼ੇ ਵਾਲਾ ਲੱਡੂ ਖਵਾ ਕੇ ਅਤੇ ਉਹਦੀਆਂ ਅਸ਼ਲੀਲ ਫੋਟੋਆਂ ਖਿੱਚੀਆਂ ਅਤੇ ਉਸ ਤੋਂ ਬਾਅਦ ਉਸਨੂੰ ਬਲੈਕਮੇਲ ਕਰਦਾ ਰਿਹਾ। ਉਹਦੇ ਵਿੱਚ ਦੋਸ਼ੀ ਰਾਹੁਲ ਦੀ ਅਰੈਸਟ ਨੂੰ ਲੈ ਕੇ ਇਹ ਬਾਹਰ ਪ੍ਰਦਰਸ਼ਨ ਹੋਇਆ ਸੀ। ਜਿਹੜਾ ਅਸੀਂ ਪਹਿਲੇ ਦਿਨ ਤੋਂ ਹੀ ਜਦੋਂ ਦਾ ਮੈਂ ਇੱਥੇ ਚਾਰਜ ਸੰਭਾਲਿਆ, ਮੇਰੇ ਚਾਰਜ ਤੋਂ ਪਹਿਲਾਂ ਦਾ ਇਹ ਘਟਨਾ ਸੀਗੀ, ਉਸ ਦਿਨ ਤੋਂ ਅਸੀਂ ਜਿੰਨੇ ਰਾਹੁਲ ਜਿਹੜਾ ਦੋਸ਼ੀ ਆ ਉਹਦੇ ਮਦਰ ਫਾਦਰ ਸਿਸਟਰ ਜਿੰਨੀਆਂ ਉਹਦੀਆਂ ਰਿਸ਼ਤੇਦਾਰੀਆਂ ਸੀ ਉਹਨਾਂ ਦੇ ਫੋਨ ਨੰਬਰ ਕਲੈਕਟ ਕਰਕੇ ਉਹਨਾਂ ਦੀ CDR ਕਢਾ ਕੇ ਔਰ ਉਹਨਾਂ 'ਤੇ ਬਕਾਇਦਾ ਨਜ਼ਰ ਰੱਖੀ, ਇਹਨਾਂ ਫੋਨਸ 'ਤੇ ਵੀ ਕੋਈ ਕਾਲ ਲਗਾਤਾਰ ਜੇ ਆਉਂਦੀ ਹੋਵੇ ਕਿਸੇ ਬਾਹਰੋਂ ਇੱਕ ਪਾਸੇ ਤੋਂ, ਤਾਂ ਜੋ ਅਸੀਂ ਉਸ ਦੋਸ਼ੀ ਤੱਕ ਪਹੁੰਚ ਸਕੀਏ। ਅਨਫੋਰਚੁਨੇਟਲੀ ਕੁਛ ਸਮਾਂ ਲੱਗ ਗਿਆ, ਪਰ ਹੁਣ ਸਾਨੂੰ ਸਾਡੇ ਕੋਲ ਅਸੀਂ ਐਗਜੈਕਟਲੀ ਉਸ ਫਿਗਰ ਆਊਟ ਕਰ ਚੁੱਕੇ ਹਾਂ ਕਿ ਉਹ ਬੰਦਾ ਕਿੱਥੇ ਹੈ। ਵਿਦਨ ਆਵਰਸ ਅਸੀਂ ਉਹਨੂੰ ਅਰੈਸਟ ਕਰ ਲਵਾਂਗੇ। ਸਰ, ਪ੍ਰਦਰਸ਼ਨਕਾਰੀਆਂ ਨੇ ਕਿੱਥੇ ਆਰੋਪ ਲਗਾਏ ਸੀ ਕਿ ਕਾਂਗਰਸ ਸਰਕਾਰ ਦੇ ਰਵੱਈਆ ਦੇਖ ਕੇ ਕਾਰਵਾਈ ਨਹੀਂ ਹੋ ਰਹੀ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਨਾ ਹੀ ਕਿਸੇ ਕਾਂਗਰਸੀ ਵਰਕਰ ਜਾਂ ਲੀਡਰ ਨੇ ਮੇਰੇ ਤੱਕ ਇਸ ਕੇਸ ਨਾਲ ਮੁਤਲਕ ਅਪਰੋਚ ਕੀਤਾ ਕਿਸੇ ਨੂੰ ਵੀ ਨਾ ਫੜਿਆ ਜਾਵੇ, ਅਜਿਹੀ ਕੋਈ ਗੱਲ ਨਹੀਂ। ਇਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਵੀ ਲੱਗ ਜੂ ਜਦੋਂ ਬੰਦਾ ਅਰੈਸਟ ਹੋ ਗਿਆ। ਕਿ ਸਰ, ਇੰਨਾ ਟਾਈਮ ਕਿਉਂ ਲੱਗਾ ਕਿ ਮਤਲਬ ਰਾਤੀ ਤੱਕ ਫੜੇ ਨਹੀਂ ਗਏ ਸੀ, ਧਰਨਾ ਲਗਾਉਣ ਨੂੰ ਮਜਬੂਰ ਹੋਣਾ ਪਿਆ? ਜਾਗਰਤੀ ਲੈਣ ਲਈ ਲੁਧਿਆਣਾ ਤੋਂ ਸੁੰਦਰ ਅਰੋੜਾ, ਸੋਨੀ ਦੀ ਰਿਪੋਰਟ।